ਗੰਡੋ ਸੀ, ਗੰਡੋ ਸੀਗਾ। ਅੱਛਾ, ਤੇ ਜਿਹੜਾ ਕਿਰਾਨਾ ਵੇਚਦਾ ਸੀਗਾ ਉਹ ਜਿਹੜੇ ਉਹ ਨੰਦੂ ਸੀਗਾ, ਇਹ ਜੀਣਾ ਤੇ ਹੰਬੀਰਾ ਸੀ, ਦੋ ਭਰਾ। ਸਭ ਤੋਂ ਪਹਿਲੇ ਤਾਂ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਆ ਬਾਬੂ? ਸ਼ੁਕਰ ਅੱਲਾ ਦਾ ਜੀ। ਕੀ ਨਾਂ ਆਪਣਾ ਜੀ? ਹਾਂਜੀ, ਮੁਹੰਮਦ ਬਸ਼ੀਰ। ਮੁਹੰਮਦ ਬਸ਼ੀਰ ਸਾਹਿਬ, ਤੁਹਾਡੇ ਅੱਬਾ ਜੀ ਦਾ ਕੀ ਨਾਂ? ਉਹਦਾ ਨਾਂ ਅਬਦੁੱਲਾ ਸੀ। ਤੇ ਬਰਾਦਰੀ ਆਪਣੀ ਰਾਈ ਸੁਣਾਉਂਦੇ? ਰਾਈ ਆ, ਰਾਈ ਨਹੀਂ, ਰਾਈ ਠੀਕ ਹੋ ਗਿਆ। ਤੇ 327 'ਚ ਤੁਸੀਂ ਰਹਿੰਦੇ ਹੋ? ਹਾਂਜੀ। ਅੱਛਾ, ਤੁਸੀਂ ਇੱਥੋਂ ਦੇ ਬਛਿੰਦੇ ਹੋ? ਹਾਂਜੀ। ਤੁਸੀਂ ਇੱਥੋਂ ਦੇ ਸ਼ੁਰੂ? ਜੰਮਪਲ ਤੁਹਾਡੀ ਇਸੇ ਪਿੰਡ ਦੀ? ਸਾਡੇ ਜੰਮਪਲ ਇੱਥੇ ਰਹੀ ਆ। ਅੱਛਾ, ਤੇ ਬਾਬੇ ਹੁਣੀ ਆਪਣੇ ਕਿਹੜੇ ਕਿੱਥੋਂ ਆਏ ਸੀ ਉੱਜੜ ਕੇ? ਦਾਦਾ ਜ਼ਿਲ੍ਹੇ ਸੀਗੇ, ਲੁਧਿਆਣੇ ਦੇ। ਲੁਧਿਆਣੇ ਦੇ ਪਿਛਲੇ ਦੱਸਦੇ ਸੀ ਸਾਨੂੰ ਤਾਂ ਨਹੀਂ ਪਤਾ। ਹਾਂ ਨਹੀਂ, ਠੀਕ ਆ। ਹਾਂ, ਲੁਧਿਆਣੇ ਕੀ ਸ਼ਹਿਰ? ਜਗਰਾਉਂ ਦੱਸਦੇ ਸੀਗੇ? ਹਾਂਜੀ, ਜਗਰਾਉਂ ਦੱਸਦੇ ਸੀ, ਜਗਰਾਉਂ। ਹਾਂ ਜੀ, ਜਗਰਾਉਂ ਲੱਗਦੇ ਸੀ। ਹਾਂ, ਅੱਛਾ। ਤੇ ਆਪਣੀ ਮੁਲਾਕਾਤ ਉਦੋਂ ਹੋਈ ਸੀਗੀ ਮੀਆਂ ਮਾਰਕੀਟ ਤੇ ਕੋਲ ਕਰਕੇ। ਹਾਂਜੀ। ਤੇ ਤੁਸੀਂ ਦੱਸਿਆ ਕਿ ਉਸ ਵੇਲੇ ਮਾਸ਼ਾ ਅੱਲਾ ਤੁਸੀਂ 12-13 ਸਾਲਾਂ ਦੇ ਸੀ ਜਦੋਂ ਪਾਕਿਸਤਾਨ ਬਣਿਆ ਸੀਗਾ? ਹਾਂਜੀ। ਤੇ ਹਾਂਜੀ, ਮਾਂ ਬਾਪ ਹੀ ਸਾਡਾ ਦੱਸ ਦਿੰਦਾ ਸੀ ਵੀ ਇੰਨਾ ਕਹਿ ਗਏ ਆ। ਅੱਛਾ, ਤੇ ਉਸ ਵੇਲੇ ਤੁਸੀਂ ਸਕੂਲੇ ਪੜ੍ਹਦੇ ਹੁੰਦੇ ਸੀਗੇ? ਸਕੂਲੇ ਤਾਂ ਇੱਕ ਦੋ ਜਮਾਤਾਂ ਹੀ ਗਏ ਆ ਬਸ। ਅੱਛਾ, ਨਹੀਂ, ਉਸ ਵੇਲੇ ਤੁਸੀਂ ਕਿੰਨਵੀਂ 'ਚ ਪੜ੍ਹਦੇ ਸੀਗੇ ਜਦੋਂ ਪਾਕਿਸਤਾਨ ਬਣਿਆ? ਉਹ ਤਾਂ ਪਹਿਲੀ 'ਚ ਸੀ। ਪਹਿਲੀ 'ਚ ਸੀਗੇ। ਤੇ ਆਪਣੇ ਉਸਤਾਦਾਂ ਦੇ ਨਾਂ ਯਾਦ ਆ ਜਿਹੜਾ ਤੁਹਾਨੂੰ ਪੜ੍ਹਾਉਂਦੇ ਹੁੰਦੇ ਸੀ ਪਹਿਲੀ ਵਿੱਚ ਮਾਸਟਰ? ਉਹ ਸੀਗੇ, ਇੱਕ ਹਿੰਦੂ ਹੁੰਦਾ ਸੀ ਇੱਥੇ। ਅੱਛਾ, 2-24 ਦੇ ਹੁੰਦੇ ਸੀਗੇ। ਅੱਛਾ, ਜਿਹੜੇ ਉਸਤਾਦ ਸੀਗੇ? ਹਾਂਜੀ, ਜਿਹੜੇ ਉਸਤਾਦ ਸੀਗੇ ਪੜ੍ਹਾਉਣ ਵਾਲੇ। ਹਾਂਜੀ, ਉਹ ਹਿੰਦੂ ਦਾ ਕੀ ਨਾਂ ਸੀਗਾ? ਉਹ ਹਿੰਦੂ ਦੇ ਨਾਂ ਦਾ ਨਹੀਂ ਪਤਾ। ਅੱਛਾ, ਭੁੱਲ ਗਏ। ਹਾਂਜੀ, ਤੇ ਜਿਹੜੇ 24 ਦੇ ਸੀਗੇ ਉਹ ਦੋਵੇਂ ਨੂਰ ਅਹਿਮਦ ਜੀ ਸੀ। ਅੱਛਾ ਅੱਛਾ, ਠੀਕ। ਇੱਕ 4th-5th ਨੂੰ ਪੜ੍ਹਾਉਂਦਾ ਸੀ, ਇੱਕ 5th-6th ਨੂੰ, ਇੱਕ 3rd-4th ਨੂੰ। ਅੱਛਾ, ਹਿੰਦੂ ਜਿਹੜਾ ਪਹਿਲੀ ਦੂਜੀ ਨੂੰ ਪੜ੍ਹਾਉਂਦਾ ਸੀ। ਠੀਕ ਹੋ ਗਿਆ। ਉਹ ਰਹਿੰਦਾ 27 'ਚ ਹੀ ਸੀਗਾ? ਕਿਹੜਾ? ਜਿਹੜਾ ਹਿੰਦੂ ਪਹਿਲੀ ਪੱਕੀ ਨੂੰ ਪੜ੍ਹਾਉਂਦਾ? ਹਾਂ, ਇੱਥੇ ਰਹਿੰਦਾ ਸੀ। ਅੱਛਾ, ਤੇ ਪਿੰਡ ਵਿੱਚ ਹਿੰਦੂ ਵੀ ਰਹਿੰਦੇ ਸੀਗੇ ਇਸ 27 ਵਿੱਚ? ਹੈ, ਕੀ ਸੌਦਾ ਵੇਚਦੇ ਸੀਗੇ? ਇਹ ਜਿਹੜੇ ਉਹ ਸਾਹਮਣੇ ਕੋਠੀ ਦੇ ਨਾਲ ਦਾ ਸੀ, ਉਹ ਕੱਪੜਾ ਵੇਚਦਾ ਸੀ। ਅੱਛਾ, ਜਿਹੜਾ ਸਾਡੇ ਕੋਲ ਸੀ ਤੇ ਦੁਕਾਨਾਂ ਦੇ ਨਾਲ, ਉਹ ਕਰਿਆਨਾ ਕਰੋਨਾ ਹੀ। ਤੇ ਜਿਹੜੇ ਇੱਥੇ ਮਾਰਕੀਟ ਦੇ ਕੋਲ ਸੀ, ਇਹ ਵੀ ਕਰਿਆਨਾ ਕਰੋਨਾ ਹੀ ਵੇਚਦੇ ਸੀ। ਅੱਛਾ, ਤੇ ਜਿਹੜਾ ਕੱਪੜਾ ਵੇਚਦਾ ਸੀਗਾ? ਹਾਂਜੀ, ਉਹਦਾ ਕੋਈ ਨਾਂ ਯਾਦ ਪੈਂਦਾ? ਹਾਂ, ਕੀ ਨਾਂ ਸੀ ਉਹਦਾ? ਗੰਡੂ ਸੀ। ਗੰਡੂ ਸੀਗਾ, ਅੱਛਾ। ਤੇ ਜਿਹੜਾ ਕਿਰਿਆਨਾ ਵੇਚਦਾ ਸੀਗਾ ਉਹ ਜਿਹੜੇ ਉਹ ਨੰਦੂ ਸੀਗਾ, ਇਹ ਜੀਣਾ ਤੇ ਹੰਬੀਰਾ ਸੀ, ਦੋ ਭਰਾ। ਅੱਛਾ, ਭਰਾ ਸੀਗੇ? ਹਾਂ। ਇਹ ਵੀ 27 'ਚ ਹੀ ਰਹਿੰਦੇ ਸੀਗੇ? 27 'ਚ ਹੀ ਰਹਿੰਦੇ ਸੀ। ਅੱਛਾ, ਇਹ ਦੱਸੋ ਵੀ ਉਸ ਵੇਲੇ 27 ਕਿੱਡਾ ਕੁ ਵੱਡਾ ਪਿੰਡ ਸੀਗਾ ਜਦੋਂ? ਹਾਂਜੀ, 27 ਕਿੱਡਾ ਵੱਡਾ ਪਿੰਡ ਸੀ ਜਦੋਂ ਪਾਸਾਂ ਬਣਿਆ? ਇੱਕੋ ਬਰਾਬਰ ਸੀ ਬਸ। ਸੁਣਦੇ ਆ ਸੀਗੇ ਰੇਤ ਦੇ ਟਿੱਬੇ ਹੁੰਦੇ ਸੀਗੇ ਬਹੁਤ? ਹਾਂ, ਟਿੱਬੇ ਹੁੰਦੇ ਸੀ, ਰੇਤ ਦੇ ਟਿੱਬੇ ਹੁੰਦੇ ਸੀਗੇ। ਕਹਿੰਦੇ ਸਟੇਸ਼ਨ ਦੂਰ ਲੱਗਦਾ ਸੀ? ਹਾਂ, ਸਟੇਸ਼ਨ ਬਹੁਤ ਦੂਰ ਲੱਗਦਾ ਹੁੰਦਾ ਸੀ, ਆਹ ਟੈਂਚੀ ਤੋਂ ਪਰੇ ਪਰੇ ਹੀ ਹੱਦ ਹੁੰਦੀ ਸੀ। ਅੱਛਾ, ਆਹ ਜਿਹੜੀ ਪੁਲੀ ਆ, ਆਹ ਖੂੰਜਾ ਸਿਰੇ ਤੇ ਸੀ, ਉੱਧਰ ਉੱਧਰਲਾ ਖੂੰਜਾ ਸੀ, ਇੱਕ ਪਰੇ ਸੀ ਬਸ, ਉਹ ਇੰਨਾ ਕਿ ਮੁਰੱਬੇ ਦੇ ਵਿੱਚ ਸੀ ਪਿੰਡ। ਅੱਛਾ, ਮੁਰੱਬੇ 'ਚ ਸੀ, ਹੋਰ ਕੋਈ ਵਾਦੀ ਨਹੀਂ ਸੀ। ਤੇ ਉਸ ਵਕਤ ਪਿੰਡ ਦਾ ਨੰਬਰਦਾਰ ਕੌਣ ਸੀਗਾ? ਨੰਬਰਦਾਰ ਹੰਬੀਰਾ ਤੇ ਦੁੱਲਾ ਸੀ। ਠੀਕ ਹੋ ਗਿਆ। ਤੇ ਜਿਵੇਂ ਤੁਸੀਂ ਦਾਦੇ ਸਕੂਲੇ ਹਾਲੇ ਪੱਕੀ ਪਹਿਲੀ ਪੜ੍ਹਦੇ ਸੀ ਜਦੋਂ ਉਜਾੜੇ ਪੈ ਗਏ? ਹਾਂਜੀ, ਹਾਲੇ ਪੱਕੀ ਪਹਿਲੀ ਸੀਗੇ ਜਦੋਂ ਉਜਾੜੇ ਹੋ ਗਏ? ਕੱਚੀ ਪੱਕੀ? ਹਾਂ, ਤੁਸੀਂ? ਹਾਂ, ਤੁਸੀਂ ਕੱਚੀ ਪੱਕੀ ਪੜ੍ਹਦੇ ਸੀਗੇ ਨਾ ਜਦੋਂ ਪਾਕਿਸਤਾਨ ਬਣ ਗਿਆ? ਕੱਚੀ ਜੀ ਪੜ੍ਹਦਾ ਸੀ, ਫਿਰ ਅਸੀਂ ਤਾਂ ਹਟ ਗਏ ਸੀ। ਅੱਛਾ, ਮਾਸਟਰ ਮਾਰਦਾ ਬਹੁਤ ਸੀਗਾ, ਅਸੀਂ ਵੀ ਹਟ ਗਏ। ਅੱਛਾ, ਦੋ ਮੁੰਡੇ ਪੜ੍ਹੇ ਸੀ ਸਾਰੀ ਜਮਾਤ 'ਚ, ਉਹਨੇ ਕੀ ਕੀਤਾ, ਸਨਿਆਣਾ ਦਾ ਮੁੰਡਾ ਸੀ, ਉਹਨੂੰ ਕਹਿੰਦਾ ਉਰਿਆ ਉਰਿਆ,
ਆ ਗਿਆ ਝੱਗਾ ਚੱਕਿਆ ਕਰਕੇ ਚੁੰਡੀ ਭਰੀ ਆ ਮਾਰਨ ਜਾਂ ਮਰੋੜਾ ਦਿੱਤਾ ਤੁਹਾਨੂੰ ਨਿਕਲੋ ਉਹਦਾ ਖੂਨ ਹੀ ਟੁੱਟ ਗਿਆ ਮਾਂ ਸੀ ਅੱਛਾ ਖੂਨ ਆਵੇ ਮੁੰਡੇ ਸਾਰੇ ਹਟ ਗਏ ਅਸੀਂ ਵੀ ਹਟ ਗਏ ਸੀ ਮੁੜ ਕੇ ਗਏ ਨਹੀਂ ਅਸੀਂ ਫਿਰ ਉਹਦਾ ਮਾਪੇ ਨਹੀਂ ਆਇਆ ਫਿਰ ਮਾਂ ਪਿਓ ਉਹ ਕਦੇ ਉਸਤਾਦਾਂ ਨਹੀਂ ਮੰਨਦੇ ਸੀ ਅੱਛਾ ਉਸਤਾਦਾਂ ਉਦੋਂ ਮੁੰਡੇ ਡਰਦੇ ਸੀ ਹੁਣ ਉਸਤਾਦ ਡਰਦੇ ਆ ਅੱਛਾ ਤੇ ਤੁਸੀਂ ਛੋਟੇ ਹੁੰਦੇ ਜਿਵੇਂ ਬੱਚੇ ਖੇਡਾਂ ਖੇਡਦੇ ਆ ਹਾਂਜੀ ਤੁਸੀਂ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਨਹੀਂ ਅਸੀਂ ਕੋਈ ਖੇਡ ਨਹੀਂ ਖੇਡੀ ਹਾਂ ਜਿਵੇਂ ਖਿੱਦੂ ਖੁੰਡੀ ਹੋ ਗਈ ਮਿੱਟੀ ਹੋ ਗਈ ਗਰੀਬੀ ਸੀਗੀ ਆਪਣੀ ਰੋਜ਼ੀ ਕਮਾਉਂਦੇ ਸੀ ਖੇਤੀਬਾੜੀ ਕਰਦੇ ਸੀ ਅੱਛਾ ਨਾਲ ਬਾਪ ਦੇ ਚਲੇ ਜਾਣਾ ਪੱਟ ਅੱਛਾ ਅੱਛਾ ਤੇ ਤੁਸੀਂ ਉਸ ਵੇਲੇ ਸਭ ਤੋਂ ਬੜੇ ਸੀਗੇ ਆਪਣੇ ਘਰ ਚੋਂ ਘਰ ਚ ਹਾਂ ਆਪਣੇ ਮਾਂ ਪਿਓ ਤੋਂ ਬਾਅਦ ਆਪਣੇ ਹਾਂਜੀ ਵੱਡੀ ਔਲਾਦ ਆ ਤੁਸੀਂ ਹਾਂਜੀ ਅੱਛਾ ਫਿਰ ਤੁਹਾਨੂੰ ਕੀ ਯਾਦ ਪੈਂਦਾ ਕਿ ਜਦੋਂ ਪਾਕਿਸਤਾਨ ਬਣਿਆ ਸੀਗਾ ਹੈ ਤੁਹਾਨੂੰ ਕੀ ਯਾਦ ਪੈਂਦਾ ਜਿਹਲੇ ਪਾਕਿਸਤਾਨ ਬਣਿਆ ਸੀਗਾ ਕੀ ਯਾਦ ਪੈਂਦਾ ਹਾਂ ਵੀ ਕੀ ਹੋਇਆ ਫਿਰ ਇੱਥੇ 27 ਦੇ ਵਿੱਚ ਜਦੋਂ ਪਾਕਿਸਤਾਨ ਆਏ ਵੱਡ ਬਣਾਗਾ ਦੁਨੀਆ ਇੱਧਰ ਲਈ ਉੱਧਰ ਨੂੰ ਜਾਣ ਲੱਗ ਗਈ ਉੱਧਰ ਲਈ ਇੱਧਰ ਨੂੰ ਵੱਡ ਬਣਾਗਾ ਸ਼ੁਰੂ ਹੋ ਪਿਆ ਤੁਸੀਂ ਕੀ ਦੇਖਿਆ ਸੀਗਾ ਆਪਣੀ ਅੱਖਾਂ ਦੇ ਨਾਲ ਤਫਸੀਰ ਦੇ ਨਾਲ ਬਿਆਨ ਕਰੋ ਅਸੀਂ ਤਾਂ ਜੀ ਇਹੀ ਕੁਝ ਦੇਖਿਆ ਗਏ ਅਸੀਂ ਕੋਈ ਨਹੀਂ ਕਿਸੇ ਨੂੰ ਮਾਰਨ ਆ ਹੈਗਾ ਜੀ ਸਿੱਖ ਹੈਗਾ ਜੀ ਕੋਠਿਆਂ 'ਤੇ ਚੜ੍ਹਾਤੀਆਂ ਬੁੜੀਆਂ ਬੰਦੇ ਬਾਹਰ ਨਿਕਲ ਗਏ ਬਸ ਇੱਦਾਂ ਦੇ ਜੀ ਉੱਧਰ ਵੱਡ ਬਣਾਗਾ ਹੋ ਗਿਆ ਉੱਥੇ ਇੰਨਾ ਹੋ ਗਿਆ ਐਂ ਹੋ ਗਿਆ ਜੇ ਹੋ ਗਿਆ ਨਹੀਂ ਜਿਹੜੀ ਇੱਥੇ ਟ੍ਰੇਨ ਵੱਡੀ ਸੀਗੀ ਹਾਂਜੀ ਜਿਹੜੀ ਟ੍ਰੇਨ ਵੱਡੀ ਸੀਗੀ ਇੱਥੇ ਹਾਂਜੀ ਉਹ ਤੁਸੀਂ ਦੇਖੀ ਸੀਗੀ ਟ੍ਰੇਨ ਹਾਂਜੀ ਰੇਲ ਗੱਡੀ ਹਾਂ ਗੱਡੀਆਂ ਤਾਂ ਚੱਲਦੀਆਂ ਦੇਖੀਆਂ ਨਹੀਂ ਜਿਹੜੀ ਵੱਡੀ ਸੀਗੀ ਹਾਂਜੀ ਉਹ ਨਹੀਂ ਦੇਖੀ ਨਹੀਂ ਮੈਂ ਨਹੀਂ ਉੱਥੇ ਗਿਆ ਸੁਣਦੇ ਸੀਗੇ ਅੱਛਾ ਅਸੀਂ ਨਹੀਂ ਗਏ 27 ਦੇ ਬੰਦੇ ਗਏ ਹੁਣੇ ਵਿੱਚ ਹੋਣਗੇ 27 ਦੇ ਖਬਰ ਕਿੱਥੇ ਕਿੱਥੇ ਦੇ ਸੀ ਅਸੀਂ ਕਿਹੜਾ ਉੱਥੇ ਗਏ ਸੀਗੇ 27 ਦੇ ਵਿੱਚ ਨਹੀਂ ਤੁਸੀਂ ਕਹਿੰਦੇ ਨਾ ਉਸਲੇ ਦੱਸਦੇ ਸੀਗੇ ਬਈ ਅੱਲਾ ਤੋਬਾ ਜਿਹੜੀ ਕਤਲੇਆਮ ਹੋਈ ਸੀ ਨਹੀਂ ਉਹ ਠੀਕ ਆ ਵੱਢ ਬਣਾਗਾ ਇੱਦਾਂ ਸੁਣਦੇ ਸੀ ਨਾ ਉੱਥੇ ਮਾਰਤੇ ਉਹ ਨਹੀਂ ਕਿੱਥੇ ਸੁਣਦੇ ਸੀਗੇ ਬਈ ਕਿਹੜੀ ਜਗ੍ਹਾ ਤੇ ਕਿੱਥੇ ਮਾਰਤੇ ਇਹ ਤਾਂ ਦੱਸਣਾ ਕਿੱਥੇ ਸੁਣਿਆ ਮਾਰਤੇ ਉਹੀ ਹੁਣ ਖੜਾ ਜਿੱਥੇ ਕਿਹਦਾ ਥਾਂ ਆਇਆ ਉੱਥੇ ਕਦੋਂ ਲੱਗ ਗਿਆ ਮਾਰਨਾ ਅੱਛਾ ਠੀਕ ਆ ਫਿਰ ਜਿਹੜੇ ਉੱਥੋਂ ਹਿੰਦੁਸਤਾਨ ਚੋਂ ਉੱਜੜ ਕੇ ਮੁਸਲਮਾਨ ਆਏ ਸੀਗੇ ਹਾਂਜੀ ਇੱਥੋਂ ਦੇ 27 ਦੇ ਜਿਹੜੇ ਮੁਸਲਮਾਨ ਸੀਗੇ ਹਾਂਜੀ ਇਹਨਾਂ ਨੇ ਉਹਨਾਂ ਦੀ ਕੋਈ ਮਦਦ ਕੀਤੀ ਕਿ ਕੋਈ ਨਾ ਮਦਦ ਜੀ ਇਹੀ ਕੁਛ ਸੀ ਬਸ ਜਿਹਨਾਂ ਦੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਆ ਗਿਆ ਸੰਭਾਲਿਆ ਕਿਸੇ ਨੇ 2 ਮਹੀਨੇ ਕਿਸੇ ਨੇ 4 ਮਹੀਨੇ ਫਿਰ ਉਹਨਾਂ ਨੂੰ ਆਹ ਜਗ੍ਹਾ ਪਈਆਂ ਸੀ ਆਹ ਰਿਸ਼ਤੇਦਾਰਾਂ ਨੂੰ ਲੈ ਲੂ ਕੇ ਦੇ ਦਿੱਤੀਆਂ ਥਾਂ ਉਹ ਬਹਿ ਗਏ ਇੱਥੇ ਕਿਸੇ ਨੂੰ ਕਿਸੇ ਨੇ ਜ਼ਮੀਨ ਪਵਾਤੀ ਜਿੱਥੇ ਕਿਸੇ ਦੀ ਪਿੱਛੇ ਜ਼ਮੀਨ ਸੀਗੀ ਬਸ ਇੱਦਾਂ ਥਾਰਾਂ ਥੋੜ੍ਹਾ ਬਣ ਗਈਆਂ ਤੁਹਾਡੇ ਚਾਚੇ ਤਾਏ ਵੀ ਪਿੱਛੇ ਰਹਿੰਦੇ ਸੀ ਕੋਈ ਕਿ ਸਾਰੇ ਟੱਬਰ ਇੱਥੇ ਸੀਗੇ ਸਾਡੇ ਇੱਥੇ ਸੀਗੇ ਅੱਛਾ ਜਗਰਾਉਂ ਕੋਈ ਚਾਚਾ ਤਾਇਆ ਨਹੀਂ ਸੀ ਰਹਿੰਦਾ ਨਹੀਂ ਨਾਨਕੇ ਸਾਡੀ ਮਾਈ ਦੇ ਚਾਚੇ ਦੇ ਪੁੱਤ ਸੀਗੇ ਤਾਏ ਦੇ ਅੱਛਾ ਉਹ ਆਏ ਸੀ ਸਾਡੇ ਕੋਲ ਅੱਛਾ ਉਹ ਵੀ ਹੁਣ ਮਰ ਮੁਰ ਗਏ ਆ 5 ਕੱਸੀ ਉਹਨਾਂ ਨੂੰ 1 ਖੇਤ ਜ਼ਮੀਨ ਦਾ ਪਿਆ ਸੀ ਅੱਛਾ 5 ਕੱਸੀ ਪਿਆ ਹਾਂਜੀ ਠੀਕ ਠੀਕ ਕੀ ਨਾਂ ਸੀ ਉਹਨਾਂ ਦਾ ਕਿਹਦਾ ਜਿਹੜੇ ਤੁਹਾਡੇ ਨਾਨਕੇ ਉੱਥੇ 5 ਕੱਸੀ ਜਿਹਨਾਂ ਨੂੰ 1 ਖੇਤ ਪਿਆ ਉਹ ਤਾਂ ਵੱਡਾ ਜਿਹੜਾ ਸੀਗਾ ਨਾਨਾ ਸਾਡਾ ਦਾ ਤਾਂ ਉਹ ਦੇਖਿਆ ਨਹੀਂ ਅਸੀਂ ਦੂਏ ਸੀਗੇ ਮਾਮਾ ਅਤੇ ਅਲੀ ਅਤੇ ਖੁਸ਼ੀ ਅਤੇ ਬਲੀ ਅੱਛਾ 3 ਭਰਾ ਸੀਗੇ ਉਹਨਾਂ 'ਚ ਕੋਈ ਜੀਂਦਾ ਵਾ ਹਾਂਜੀ ਉਹਨਾਂ 'ਚੋਂ ਕੋਈ ਜੀਂਦਾ ਜਿਹੜੇ 5 ਕੱਸੀ ਬੈਠੇ ਕੋਈ ਨਹੀਂ ਅੱਛਾ ਕੋਈ ਨਹੀਂ ਠੀਕ ਆ 5 ਕੱਸੀ ਮੇਰੇ ਆਪਣੇ ਰਿਸ਼ਤੇਦਾਰ ਰਹਿੰਦੇ ਆ ਅੱਛਾ ਮੈਂ ਤਾਂ ਪੁੱਛਦਾ ਅੱਛਾ ਨਹੀਂ ਉਹ ਖੂਹ 'ਤੇ ਬੈਠੇ ਆ ਕਿਹੜਾ ਖੂਹ ਆ ਬੁੱਧਲ ਵਾਲੇ 'ਤੇ ਅੱਛਾ ਅੱਛਾ ਠੀਕ ਆ ਹੋਰ ਫਿਰ ਤੁਹਾਨੂੰ ਉਸ ਵੇਲੇ ਦੀ ਕੀ ਯਾਦ ਪੈਂਦੀ ਵੀ ਇਹ ਜਿਹੜਾ ਸਟੇਸ਼ਨ ਸੀਗਾ ਉਸ ਵੇਲੇ ਪੂਰਾ ਬਣਿਆ ਸੀਗਾ ਜਾਂ ਛੋਟਾ ਜਿਹਾ ਵੀ ਸਟੇਸ਼ਨ ਸੀਗਾ ਕਿਹੜਾ ਆਹ ਸ਼ੋਰਕੋਟ ਕੈਂਟ ਵਾਲਾ ਇਹ ਛੋਟਾ ਜਿਹਾ ਸੀ ਫਿਰ ਜ਼ਿਆਦਾ ਹੋਇਆ ਜਿਹੜੇ ਪਲੇਟਫਾਰਮ ਤਾਂ ਸੀਗੇ ਬਣੇ ਬਾਕੀ ਗੱਡੀਆਂ ਆਉਂਦੀਆਂ ਜਾਂਦੀਆਂ ਸੀ ਤੁਸੀਂ ਇਹ ਨਹੀਂ ਕਿ ਫਿਰ ਜਦੋਂ ਇਹ ਰੌਲੇ ਪਏ ਤੁਸੀਂ ਆਪਣੇ 27 ਚੋਂ ਬਾਹਰ ਨਹੀਂ ਗਏ ਨਹੀਂ ਅਸੀਂ ਨਹੀਂ ਗਏ ਉਸ ਵੇਲੇ ਇਹ ਸੁਣਦੇ ਹਾਂ ਕਿ ਵੀ ਜਿਹੜਾ ਇੱਕ ਬਾਬੂ ਹੈਦਰ ਹੁੰਦਾ ਸੀਗਾ ਹਾਂਜੀ ਉਹ ਕੋਈ ਕੁੜੀ ਲੈ ਕੇ ਆਇਆ ਸੀਗਾ ਨਹੀਂ ਉਹ ਕੁੜੀ ਲੈ ਕੇ ਨਹੀਂ ਆਇਆ ਹਾਂ ਉਹ ਇੱਥੇ ਬੰਦੇ ਸੀਗੇ ਤਹਿਸੀਲਦਾਰ ਅਤੇ ਤਹਿਸੀਲਦਾਰ ਨਹੀਂ ਸੀ ਚੰਗੋਂ ਆਏ ਸੀ ਅੱਛਾ ਗੱਡੀ 'ਤੇ ਲਿਆਇਆ ਜਾ ਵੱਢ ਬਣਾਗਾ ਸੀ ਹਿੰਦੂਆਂ ਨੂੰ ਮਾਰਦੇ ਸੀ ਉਹ ਹਿੰਦੂ ਉਹਨਾਂ ਨੂੰ ਮਾਰਦੇ ਸੀ ਹਾਂ ਹਾਂ ਉਹ ਵੀ ਹਿੰਦੂ ਜਿਹੜੀ ਸੀ ਉਹ ਹਿੰਦੂ ਨੇ ਤਹਿਸੀਲਦਾਰ ਨਹੀਂ ਤਾਂ ਤਹਿਸੀਲਦਾਰ ਸੀ ਉਹ ਮਾਰ ਦਿੱਤੇ ਅੱਛਾ ਉਹਦੀ ਇੱਕ ਬੱਚੀ ਸੀਗੀ ਅੱਛਾ ਉਹ ਮੁੰਡੇ ਜਿਹੜੇ ਸੀਗੇ ਨਾ ਉਹ ਲੈ ਕੇ ਇੱਥੇ ਪਿੰਡ ਆ ਗਏ
ਉਹ ਇਸ ਲੰਬਰਦਾਰਾਂ ਕੋਲ ਆਇਆ ਹੈਦਰ ਕੋਲ, ਠੀਕ ਹੋ ਗਿਆ, ਉਹਨੇ ਕਿਹਾ ਵੀ ਇਹਨਾਂ ਮਾਰਿਓ, ਮੇਰੀ ਬੱਚੀਆਂ ਨਾਲ ਪੜ੍ਹਦੀ ਹੁੰਦੀ ਸੀ, ਉਦੋਂ ਇਕੱਠੇ ਪੜ੍ਹਦੇ ਸੀ ਹਿੰਦੂ ਮੁਸਲਮਾਨ, ਉਹ ਫਿਰ ਮਾਰੀ ਨਹੀਂ ਆ, ਉਹ ਵੀ ਛੱਡ ਦਿੱਤੀ ਸੀ, ਚਲੇ ਗਈ ਸੀ। ਹੈਦਰ ਤਾਂ ਉਸਲੇ ਰੇਲਵੇ ਚ ਮੁਲਾਜ਼ਮ ਸੀਗਾ, ਹਾਂ, ਨੰਬਰਦਾਰ ਤਾਂ ਕੋਈ ਹੋਰ ਸੀਗਾ, ਨੰਬਰਦਾਰ ਉਹਦਾ ਇਹਨਾਂ ਦਾ ਬਾਪ ਸੀ ਹੈਦਰ ਉਹਨਾਂ ਦਾ, ਆਹੋ ਚੰਗੀ ਸੀ, ਜਵਾਨ ਹੀ ਸੀ। ਅੱਛਾ, ਠੀਕ ਹੋ ਗਿਆ। ਜਾਣੇ ਮੁੰਡੇ ਜਿਹੜੇ ਫੜ ਕੇ ਲਿਆਏ, ਵਿਆਹ ਲਿਆਇਆ ਕੁੜੀ, ਉਹ ਕਹਿੰਦਾ ਮੇਰੀ ਬੱਚਿਆਂ ਨੂੰ ਪੜ੍ਹ ਦਿੰਦੀ ਸੀ, ਇਹਨੂੰ ਛੱਡ ਦਿਓ, ਮੈਂ ਛੱਡ ਦਿੱਤੀ ਸੀ। ਉਹਨਾਂ ਦੇ ਨੰਬਰਦਾਰ ਦੀ ਕੁੜੀ ਕਿੱਥੇ ਪੜ੍ਹਦੀ ਸੀਗੀ ਉਸ ਵੇਲੇ? ਅੱਲਾ ਜਾਣੇ, ਸਾਨੂੰ ਇਹ ਕੋਈ ਪਤਾ ਨਹੀਂ ਜੀ। ਅੱਛਾ ਅੱਛਾ, ਚਲੋ ਠੀਕ ਹੈ। ਤੇ ਉਸ ਵੇਲੇ ਸ਼ੋਰਕੋਟ ਕੈਂਟ ਤੇ ਵੀ ਸਿੱਖ ਰਹਿੰਦੇ ਸੀਗੇ? ਹਾਂ, ਸਾਰੇ ਰਲ ਮਿਲ ਸੀ, ਆਪਦੀਆਂ ਨੌਕਰੀਆਂ ਤੇ ਇੱਕ ਦੂਜੇ ਸੀਗੇ, ਜਾਣੇ ਪਿੰਡ ਨਹੀਂ ਸੀ ਇੱਥੇ ਉਹਨਾਂ ਦਾ, ਪਿੰਡ ਤਾਂ ਇੱਧਰ ਹੀ ਸੀਗੇ, ਢੋਲਣ ਸਤਾਰਾਂ ਪੰਮੀਪੁਰਾ ਤੇ ਇੱਧਰ ਹੀ ਸੀ ਪਿੰਡ ਇਹਨਾਂ ਦੇ। ਮੈਂ ਸੁਣਦਾ ਵੀ ਇੱਥੇ ਸ਼ੋਰਕੋਟ ਸਟੇਸ਼ਨ ਤੇ ਗੁਰਦੁਆਰਾ ਵੀ ਸੀਗਾ ਸਿੱਖਾਂ ਦਾ। ਗੁਰਦੁਆਰਾ? ਹਾਂ, ਮੈਨੂੰ ਜੇਨ 'ਚ ਨਹੀਂ ਆਇਆ। ਅੱਛਾ, ਠੀਕ ਆ। ਉਹ ਨਨਕਾਣੇ ਸੁਣਦੇ ਆ? ਉਹ ਨਹੀਂ, ਉਹ ਤਾਂ ਵੱਡਾ ਵਾ ਨਾ, ਜਿਵੇਂ ਆਪਣੀ ਹਰ ਪਿੰਡ ਵਿੱਚ ਮਸਜਿਦ ਨਹੀਂ ਹੁੰਦੀ, ਹਾਂਜੀ, ਏਦਾਂ ਹੀ ਸਿੱਖਾਂ ਦੇ ਪਿੰਡ ਵਿੱਚ ਉਹਨਾਂ ਦਾ ਛੋਟਾ ਜਿਹਾ ਗੁਰਦੁਆਰਾ ਹੁੰਦਾ। ਪਿੰਡ ਕੋਈ ਨਹੀਂ ਸੀ ਉਹਨਾਂ ਦਾ? ਨਹੀਂ, ਪਿੰਡ ਨਹੀਂ, ਉੱਥੇ ਸ਼ੋਰਕੋਟ ਸਟੇਸ਼ਨ ਤੇ ਸੀਗਾ, ਮਣੀਆਰੀ ਬਾਜ਼ਾਰ ਦੇ ਵਿੱਚ। ਨਹੀਂ, ਮੈਨੂੰ ਕੋਈ ਪਤਾ ਨਹੀਂ ਜੀ। ਅੱਛਾ, ਹਿੰਦੂ ਵੀ ਰਹਿੰਦੇ ਸੀਗੇ? ਹਾਂਜੀ, ਹਿੰਦੂ ਵੀ ਸੀਗੇ ਇੱਥੇ, ਹਿੰਦੂ ਰਹਿੰਦੇ ਸੀ ਕੈਂਟ ਤੇ ਸਟੇਸ਼ਨ ਤੇ, ਉਸਲੇ ਦੁਕਾਨਾਂ ਹੁੰਦੀਆਂ ਸੀ ਹਿੰਦੂਆਂ ਦੀਆਂ। ਹਾਂ, ਉਸਲੇ ਤੇ ਇਹ ਚੱਕ 634 ਸੀਗਾ ਨਾ, ਨੀਲਿਆਂ ਵਾਲਾ। ਕਿਹਦਾ? ਇਹਦਾ ਚੱਕ 634 ਨੀਲਿਆਂ ਵਾਲਾ ਇਹਨੂੰ ਕਹਿੰਦੇ ਸੀਗੇ ਸਟੇਸ਼ਨ ਨੂੰ। ਹਾਂਜੀ, ਅੱਲਾ ਜਾਣੇ, ਮੈਂ ਨਹੀਂ, ਆਪਾਂ ਕਦੇ ਪੁੱਛਿਆ, ਅਨਪੜ੍ਹ ਦੇ ਨਾ ਪਏ ਕਿਆ ਚੀਜ਼ ਗਾਏ ਆ ਨਾ। ਅੱਛਾ, ਤੁਹਾਡੇ ਬਾਬੇ ਹੋਣਾਂ ਨੂੰ ਕਿੰਨੀ ਕੁ ਜ਼ਮੀਨ ਮਿਲੀ ਸੀਗੀ ਇੱਥੇ? ਸਾਡੀ ਜ਼ਮੀਨ, ਹਾਂ, ਉਹ ਬੜੇ ਜਦੋਂ ਆਏ ਸੀ ਦੱਸਦੇ ਸੀ ਵੀ ਬੜਿਆਂ ਨੂੰ ਮਿਲਿਆ ਸੀਗਾ, ਸਾਡੇ ਖਾਨਦਾਨ 'ਚ ਦੋ ਭਰਾ ਸੀਗੇ, ਉਹਨਾਂ ਨੂੰ ਡੂਢ ਡੂਢ ਮਰਬਾ ਮਿਲਿਆ ਸੀ, ਜਾਂ ਬਾਹਰ ਵੱਜੀ ਆ। ਹਾਂਜੀ ਹਾਂਜੀ, ਠੀਕ ਆ। ਗਾਹ ਹੁਣ ਔਲਾਦਾਂ ਚੱਲ ਪਈਆਂ, ਔਲਾਦਾਂ ਤੋਂ ਗਾਹ, ਉਹਨਾਂ ਦੀ ਔਲਾਦਾਂ ਤੋਂ ਔਲਾਦਾਂ, ਫਿਰ ਉਹ ਪਈਆਂ, ਉਹ ਫਿਰ ਉਹੀ ਉਹ ਖੇਤ ਖੇਤ ਦੋ ਦੋ ਖੇਤ ਆਉਂਦੇ ਆ। ਅੱਛਾ, ਉਸਲੇ ਫਿਰ ਤੁਹਾਡੇ ਜ਼ਮਾਨੇ ਵਿੱਚ ਜਿਹੜੇ ਵਿਆਹ ਹੁੰਦੇ ਸੀਗੇ, ਹਾਂਜੀ, ਉਹ ਤੇ ਕੀ ਰਸਮਾਂ, ਖਾਣਾ ਕੀ ਪਕਾਉਂਦੇ ਹੁੰਦੇ ਸੀਗੇ? ਉਹ ਖਾਣੇ ਤੇ ਆਹੀ ਗੋਸ਼ਤ ਹੁੰਦਾ ਸੀ, ਗੁੜ ਵਾਲੇ ਚੌਲ ਹੁੰਦੇ ਸੀ, ਹੁਣ ਤਾਂ ਬਹੁਤ ਕੰਮ ਕਰਨ ਲੱਗ ਗਏ ਆ, ਉਹ ਸਵਾਦ ਵੀ ਹੁੰਦੇ ਸੀ, ਦੇਸੀ ਘਿਓ ਪਾਉਂਦੇ ਸੀ, ਦੋ ਬੋਟੀਆਂ ਹੁੰਦੀਆਂ ਸੀ, ਛੋਰਾ ਹੁੰਦਾ ਸੀ, ਇੱਕ ਦੇਖ ਨਾਲ 100 ਬੰਦਾ ਭੁਗਤਾ ਹੁੰਦੇ ਸੀ। ਅੱਛਾ, ਤਾਂ ਕਦੀ ਤੁਸੀਂ ਆਪਣੇ ਬੜਿਆਂ ਦੇ ਨਾਲ ਕਦੀ ਜਗਰਾਵਾਂ ਗੱਡੀ 'ਤੇ ਬਹਿ ਕੇ ਗਏ ਹੋ? ਹਾਂਜੀ, ਕਦੀ ਪਿੱਛੇ ਗਏ, ਤੁਹਾਨੂੰ ਪਿੰਡ ਲੈ ਕੇ ਗਏ ਹੋਣ? ਅੱਲਾ ਜਾਣੇ ਜੀ, ਆਪਾਂ ਪਿੱਛੋਂ ਪਤਾ ਹੀ ਨਹੀਂ, ਆਪਾਂ ਜਗਰਾਵਾਂ ਜਾਣੇ ਸੁਣਦੇ ਸੀ ਵੀ ਜ਼ਿਲ੍ਹੇ ਦੇ ਵਾਸਤੇ, ਅਤੇ ਲੋਕਾਂ ਵਿੱਚ ਅਤੇ ਹੁਣ ਦੇ ਲੋਕਾਂ ਵਿੱਚ, ਯਾਨੀ ਕਿ ਤੁਸੀਂ ਕਿੰਨਾ ਪਾਕਿਸਤਾਨ ਜਦੋਂ 1947 'ਚ ਬਣਿਆ, ਲੋਕਾਂ 'ਚ ਕੀ ਤਬਦੀਲੀਆਂ ਆ ਗਈਆਂ, ਉਸ ਵੇਲੇ ਲੋਕ ਕਿੱਦਾਂ ਦੇ ਹੁੰਦੇ ਸੀਗੇ ਅਤੇ ਹੁਣ ਕਿੱਦਾਂ ਦੇ? ਇਹ ਤਾਂ ਹੁਣ ਤੁਹਾਨੂੰ ਵੀ ਪਤਾ ਹੀ ਆ। ਨਹੀਂ, ਤੁਸੀਂ ਸਭ ਤੋਂ ਬੜੇ ਆ ਨਾ, ਅੱਗੇ ਲੋਕਾਂ ਦੀ ਮੁਹੱਬਤ ਸੀ, ਹੁਣ ਕ੍ਰੋਧ ਆ। ਅੱਛਾ, ਹੁਣ ਮੁਹੱਬਤ ਨਹੀਂ ਕਰਦੇ, ਹੁਣ ਪੈਸੇ ਨਾਲ ਮੁਹੱਬਤ ਕਰਦੇ ਆ, ਪੈਸੇ ਨਾਲ ਮੁਹੱਬਤ ਹੋ ਗਈ, ਪਿਓ ਪੁੱਤ ਨੂੰ ਨਹੀਂ ਜਾਣਦਾ, ਪਿਓ ਪੁੱਤ ਪਿਓ ਨੂੰ ਨਹੀਂ ਜਾਣਦਾ, ਆਹ ਦੌਰ ਆ ਗਿਆ, ਇਹ ਚਾਹੀਦਾ ਨਹੀਂ, ਚਾਹੀਦਾ ਨਹੀਂ ਸੀਗਾ। ਧੀ ਪੁੱਤ ਨੂੰ ਮਾਂ ਬਾਪ ਦੀ ਇੱਜ਼ਤ ਹੀ ਕਰਨੀ ਚਾਹੀਦੀ ਆ। ਅੱਛਾ, ਜਿਸ ਵੇਲੇ ਤੁਸੀਂ ਉਹ ਛੋਟੇ ਹੁੰਦੇ, ਉੱਥੋਂ ਦੁਕਾਨਾਂ ਤੋਂ, ਹਿੰਦੂਆਂ ਦੀ ਦੁਕਾਨਾਂ ਤੋਂ ਸ਼ੈਵਾਂ ਲੈਣ ਜਾਂਦੇ ਸੀਗੇ, ਹਾਂਜੀ, ਤੇ ਉਹ ਨਾਲ ਜਿਵੇਂ ਤੁਸੀਂ ਸੌਦਾ ਲੈਣ ਗਏ, ਦਾਲ ਲੈਣ ਗਏ, ਤੇ ਉਹ ਨਾਲ ਕੋਈ ਮੱਛੀ ਟਾਫੀ ਮਰੂੰਡਾ ਕੋਈ ਏਦਾਂ ਦੀ ਕੋਈ ਸ਼ੈ ਉਦਾਂ ਹੀ ਬੱਚੇ ਨੂੰ ਦੇ ਦਿੰਦੇ ਸੀਗੇ, ਹਾਂਜੀ, ਉਹਨੂੰ ਕੀ ਕਹਿੰਦੇ ਆ? ਰੂੰਗਾ। ਰੂੰਗਾ ਕਹਿੰਦੇ ਆ? ਰੂੰਗਾ ਕਰਾਉਣਾ, ਉਹਨਾਂ ਦੇਣਾ ਭੋਰਾ ਕਹਿੰਦੇ ਆ, ਫੁੱਲੀਓ ਪਤਾਸੇ ਜਾ, ਵੀ ਮੇਰੀ ਦੁਕਾਨ ਤੇ ਆਊਗਾ, ਹਾਂ ਹੈ ਬੱਚਾ ਸੌਦਾ ਮੇਰੇ ਦੁਕਾਨ ਤੇ ਆਊਗਾ, ਹਾਂ, ਅੱਛਾ, ਇਹ ਲਾਲਚ ਦਿੰਦੇ ਸੀ। ਉੱਦਾਂ ਬੰਦੇ ਚੰਗੇ ਸੀਗੇ ਵਸੀਵੇਂ ਦੇ ਨਾਂ ਹਿਸਾਬ ਨਾਲ ਦੁਕਾਨਦਾਰੀ ਜਿਹੜੇ ਕਰਦੇ ਸੀ, ਜਾਂ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਕਰਦੇ? ਨਹੀਂ, ਲੜਾਈ ਝਗੜਾ ਕੋਈ ਨਹੀਂ ਕਰਦੇ, ਸੌਦਾ ਲੈਂਦੇ ਸੀ, ਸੂਤ ਲੈਂਦੇ ਸੀ। ਅੱਛਾ,
ਪੈਸਾ ਦਿੰਦੇ ਸੀ ਕੋਲੋਂ। ਹਾਂ ਹਾਂ, ਸਾਡੇ ਮੁਸਲਮਾਨਾਂ ਨੂੰ ਦੁਕਾਨਾਂ ਵਾਲੇ ਪਾਸੇ ਨਹੀਂ ਸੀ ਆਉਣ ਦਿੰਦੇ। ਅੱਛਾ, ਕਹਿਣਾ ਪੈਸਾ ਲੈ ਲਓ, ਜ਼ਮੀਨਾਂ ਲੈ ਲਓ, ਠੇਕੇ 'ਤੇ ਵਾਹੋ ਕਰੋ। ਹਾਂ ਹਾਂ, ਇੱਧਰ ਲਾਈ ਰੱਖਣਾ, ਉਹ ਸੂਤ ਲੈਂਦੇ ਸੀ। ਨਹੀਂ ਹੁਣ ਜਿਵੇਂ ਤੁਹਾਨੂੰ ਜ਼ਮੀਨਾਂ ਮਿਲੀਆਂ, ਹਾਂ, ਇੰਨੀ ਕਿ ਦੁਕਾਨਦਾਰ ਜਾਂ ਸੌਦੇ ਵਾਲ ਨਹੀਂ ਸੀ ਆਉਣ ਦਿੰਦੇ, ਹਾਂਜੀ, ਕਹਿੰਦੇ ਸੀ ਜ਼ਮੀਨਾਂ ਵਾਹੋ। ਹਾਂ ਅੱਛਾ, ਦੁਕਾਨ ਵਾਲੇ ਪਾਸੇ ਨਹੀਂ ਸੀ ਆਉਣ ਦਿੰਦੇ, ਦੁਕਾਨ ਬਣਾ ਲਓ। ਠੀਕ ਆ, ਪੈਸਾ ਦੇ ਦੇਣਾ ਕੋਲੋਂ ਕਰਾੜਾ ਨੇ। ਠੀਕ ਹੋ, ਕਿਉਂਕਿ ਜ਼ਿਮੀਦਾਰ ਕੋਲ ਤਾਂ ਹੁਣ ਜ਼ਮੀਨ ਹੁੰਦੀ ਸੀ, ਉਹਦੇ ਕੋਲ ਫਸਲ ਪੈਸੇ ਤਾਂ ਉਹਦੇ ਕੋਲ ਬਹੁਤੇ ਹੋਣੇ ਚਾਹੀਦੇ ਸੀਗੇ, ਫਿਰ ਵੀ ਉਹ ਦੁਕਾਨਦਾਰਾਂ ਕੋਲੋਂ ਪੈਸੇ, ਉਹ ਲਾਲਚੀ ਗੱਲ ਲੈਂਦਾ ਸੀ, ਉਧਾਰ ਸੌਦਾ ਚੱਕ ਲੈਣਾ, ਉਹ ਸੂਤ ਲੈਂਦੇ ਸੀ। ਅੱਛਾ, ਫਿਰ ਜਦ ਸਾਲ ਆਉਣਾ ਫਸਲ ਆਉਣੀ, ਜਿਹੜੇ ਤਾਂ ਤਕੜੇ ਸੀ ਉਹ ਤਾਂ ਨਹੀਂ ਸੀ ਲੈਂਦੇ, ਜਿਹੜਾ ਗਰੀਬ ਸੀ ਉਹ ਲੈ ਲੈਂਦਾ ਸੀ, ਉਹ ਫਿਰ ਸੂਤ, ਉਹ ਜਿਹੜਾ ਸੂਤ ਸੀ ਉਹੀ ਲੈਣਾ, ਮੂਲ ਖੜੇ ਦਾ ਖੜਾ। ਉਸ ਲਈ ਫਸਲ ਐਡੀ ਚੰਗੀ ਨਹੀਂ ਸੀ ਹੁੰਦੀ, ਫਸਲਾਂ ਹੁੰਦੀਆਂ ਸੀ ਜ਼ਿਮੀਦਾਰਾਂ, ਹੁਣ ਸਿਆਸਤਾਂ ਵਧੀਆ ਹੀ ਆ। ਹੁਣ ਇੱਕ ਕਹਿੰਦਾ ਅੱਗੇ 5 ਮਣ ਖਾਣ ਕੱਢਦੇ ਸੀ, ਹੁਣ ਕਹਿੰਦਾ ਮੈਂ 50 ਮਣ ਕੱਢੀ ਆ। ਹੋ ਗਿਆ ਸੀਗਾ ਜੀ, ਮੈਨੂੰ ਇਸ ਨਹੀਂ ਚੇਤਾ। ਅੱਛਾ, ਹਾਂ, ਅਸੀਂ ਕਿਹੜਾ ਜਿਹੜੇ ਸੀ, ਇੰਨੇ ਸਾਲਾਂ ਬਾਅਦ ਹੋਇਆ ਜਾਂ ਕਿਹੜਾ ਹੋਇਆ, ਵਿਆਹ ਬਰਾਦਰੀ ਹੋਇਆ ਸੀ। ਹਾਂਜੀ, ਵਿਆਹ ਬਰਾਦਰੀ 'ਚ ਹੋ ਗਿਆ। ਹਾਂਜੀ, ਬਰਾਦਰੀ 'ਚ ਹੋਇਆ ਸੀ। ਅੱਛਾ, ਇਸ ਸ਼ਹਿਰ 'ਚ ਜਾਂ ਕਿਤੇ ਹੋਰ ਦੇ ਬਰਾਤ ਗਈ ਸੀਗੀ? ਹੈਂ, ਸਾਰੇ ਫੁੱਫੀਆਂ ਦੇ ਸੀ। ਅੱਛਾ, ਬਰਾਤ ਕਿਤੇ ਹੋਰ ਦੇ ਗਈ ਸੀਗੀ? ਹਾਂ, ਬਰਾਤ ਆ ਇੱਥੇ, ਆ 30 'ਚ ਬੈਠੇ ਸੀ ਫੁੱਫੀਆਂ। 30 ਕਿਹੜਾ ਨੂਰਪੁਰ? ਨਹੀਂ, ਕੋਟਲੀ। ਕੋਟਲੀ ਭਰੇ, ਕੋਟਲੀ ਤਾਂ 30 ਇੱਕੋ ਨੰਬਰ ਆ। ਹਾਂ ਹਾਂ, ਅੱਛਾ, ਇੱਕ ਤਾਂ ਸੜਕ ਉੱਤੇ ਕਰਕੇ ਪਿੰਡ ਆ ਨਾ। ਹਾਂ, ਉਹ ਜਿਹੜੀ ਆਬਾਦੀ ਵੱਧ ਗਈ ਤਾਂ ਉਹ ਪਰੇ ਨਿਕਲ ਗਏ। ਚਲੋ ਬਾਬਾ ਜੀ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਹਾਂਜੀ, ਕਰਕੇ। ਚਲੋ ਜੀ, ਬੜੀ ਮਿਹਰਬਾਨੀ ਤੁਹਾਡੀ।